ਨਾਦਰੀਨ, ਮੀਆਂ ਵਾਲੀ ਦੇ ਚੱਕ ਹਰਨੌਲੀ ਅਤੇ ਜੌਹਰਾਬਾਦ ਦੇ ਚੱਕ ਔਖਲੀ ਮੌਲਾ ਤੋਂ ਇਹ ਸਹਿਰਾਏ ਥਲ ਸ਼ੁਰੂ ਹੁੰਦਾ। ਉੱਚੇ ਨੀਚੇ ਸਹਿਰਾ ਇਹ ਪੰਜਾਬ ਦੇ ਚਾਰ ਦੁਆਬਿਆਂ ਵਿੱਚੋਂ ਪੂਰਾ ਸਿੰਧ ਸਾਗਰ ਦੁਆਬਾ ਸਹਿਰਾਏ ਥਲ 'ਤੇ ਮੁਸ਼ਤਮਿਲ ਆ। ਸਹਿਰਾਏ ਥਲ 'ਚ ਮੈਂ ਕੀ ਵੇਖਿਆ? ਹਾਂ ਹਾਂ, ਸਹਿਰਾਏ ਥਲ ਦੇ ਲੋਕ ਮਿਹਨਤੀ ਅਤੇ ਜਫਾਕਸ਼ ਵੇਖੇ। ਆਪਣੀ ਮਦਦ ਆਪ ਦੇ ਤਹਿਤ ਪੁਰਾਣੀ ਅਤੇ ਨਵੀਂ ਮਸ਼ੀਨਰੀ ਹਜ਼ਾਰਾਂ ਮੀਲਾਂ 'ਤੇ ਮੁਸ਼ਤਮਿਲ ਸਹਿਰਾਏ ਥਲ ਨੂੰ ਬਰਾਬਰ ਕਰਨ ਲਈ ਇਸਤੇਮਾਲ ਕਰਦੇ ਵੇਖੇ ਅਤੇ ਹਜ਼ਾਰਾਂ ਏਕੜ ਰਕਬੇ ਨੂੰ ਟੀਲਿਆਂ ਅਤੇ ਟਿੱਬਿਆਂ ਨੂੰ ਬਰਾਬਰ ਕਰਕੇ ਨਵੇਂ ਸਿਰੇ ਤੋਂ ਨਵੇਂ ਨਵੇਂ ਪੌਦੇ ਨਰਸਰੀਆਂ ਉਗਾਉਂਦਿਆਂ ਦੇਖੇ। ਪੁਰਾਣੇ ਅਤੇ ਵੱਡੇ ਵੱਡੇ ਅਤੇ ਮੋਟੇ ਮੋਟੇ ਦਰੱਖਤਾਂ ਨੂੰ ਕੱਟ ਕੇ ਛੋਟੇ ਛੋਟੇ ਟੁਕੜੇ ਕਰਕੇ ਬਾਈ ਵੀਲਰ ਟਰਾਲੇ ਲੋਡ ਕਰਕੇ ਅਤੇ ਟਰੈਕਟਰ ਟਰਾਲਿਆਂ ਦੇ ਉੱਤੇ ਲੋਡ ਕਰਕੇ ਸ਼ਹਿਰਾਂ 'ਚ ਪਹੁੰਚਾਉਂਦੇ ਵੇਖੇ ਅਤੇ ਜਿੱਥੇ ਕਿਤੇ ਵੀ ਰੋਡ ਦੇ ਉੱਤੇ ਆਬਾਦੀ ਵੇਖੀ, ਖੂਬਸੂਰਤ ਵੇਖੀ, ਬੜੀ ਪੁਰ ਮੁਨਜ਼ਮ ਵੇਖੀ ਅਤੇ ਆਬਾਦ ਲੋਕ ਬੜੇ ਹੀ ਪੁਰ ਮੁਨਜ਼ਮ ਅਤੇ ਬੜੇ ਹੀ ਸਾਫ਼ ਸੁਥਰੇ ਮਾਹੌਲ ਵਿੱਚ ਰਹਿੰਦੇ ਵੇਖੇ। ਬਿਹਤਰੀਨ ਅਖਲਾਕ ਦੇ ਮਾਲਕ, ਮਿੱਠੀ ਅਤੇ ਸ਼ੀਰੀ ਜ਼ਬਾਨ ਵਾਲੇ, ਸਾਫ਼ ਸੁਥਰੇ ਅਤੇ ਨਜ਼ਮੋ ਜ਼ਬਤ ਦੇ ਮੁਤਾਬਕ ਰਹਿੰਦੇ ਵੇਖੇ। ਜੀ ਨਾਜ਼ਰੀਨ, ਚੱਕ 36 ਫੈਸਲਾਬਾਦ ਤੋਂ 2 ਵਜੇ ਅਸੀਂ ਚੱਲੇ ਹਾਂ ਅਤੇ ਫੈਸਲਾਬਾਦ ਪੂਰਾ ਜ਼ਿਲ੍ਹਾ ਅਤੇ ਝੰਗ ਕ੍ਰਾਸ ਕਰਕੇ ਹੁਣ ਅਸੀਂ ਭੱਖਰ ਦੀ ਹਦੂਦ ਦੇ ਵਿੱਚ ਤਕਰੀਬਨ ਦਾਖਲ ਹੋ ਚੁੱਕੇ ਹਾਂ ਅਤੇ ਇਹ ਸਾਹਮਣੇ ਪੁਲਿਸ ਚੌਕੀ ਭੱਖਰ ਦੇ ਜ਼ਿਲ੍ਹੇ ਦੀ ਹਦੂਦ ਦੇ ਅੰਦਰ ਸ਼ਾਮਿਲ ਆ। ਅਤੇ ਨਾਜ਼ਰੀਨ, ਇਸ ਵਕਤ ਤਕਰੀਬਨ 5:30 ਤੋਂ 6 ਦੇ ਕਰੀਬ ਦਾ ਟਾਈਮ ਹੋ ਰਿਹਾ ਅਤੇ ਸੂਰਜ ਵੀ ਦਿਨ ਨੂੰ ਅਲਵਿਦਾ ਕਹਿ ਕੇ ਗਰੂਬ ਹੋਣ ਦੀ ਤਰਫ ਜਾ ਰਿਹਾ ਹੈ। ਜੀ ਨਾਜ਼ਰੀਨ, ਸਹਿਰਾਏ ਥਲ ਦਾ ਨਜ਼ਾਰਾ ਤੁਸੀਂ ਕਰ ਰਹੇ ਹੋ। ਕਿਤੇ ਕਿਤੇ ਬੜੀ ਦੇਰ ਬਾਅਦ ਆਬਾਦੀ ਨਜ਼ਰ ਆਉਂਦੀ ਆ। ਅਲਬੱਤਾ ਜਿੱਥੇ ਆਬਾਦੀ ਨਜ਼ਰ ਆਉਂਦੀ ਆ, ਸਾਫ਼ ਸੁਥਰਾ ਮਾਹੌਲ, ਮਿੱਠੇ ਅਤੇ ਸ਼ੀਰੀ ਅਖਲਾਕ ਵਾਲੇ ਲੋਕ ਅਤੇ ਬੜੇ ਪੁਰਮਨਜ਼ਮ ਜ਼ਿੰਦਗੀ ਗੁਜ਼ਾਰਨ ਵਾਲੇ ਜਫਾਕਸ਼ ਅਤੇ ਮਿਹਨਤੀ ਲੋਕ ਨਜ਼ਰ ਆਉਂਦੇ ਆ। ਲੇਕਿਨ ਅਕਸਰ ਸਹਿਰਾਏ ਥਲ ਦੇ ਵਿੱਚ ਲੰਬੇ ਏਰੀਏ ਦੇ ਵਿੱਚ ਸਿਰਫ ਅਤੇ ਸਿਰਫ ਰੇਤ ਦੇ ਟੀਲੇ ਅਤੇ ਰੇਤ ਦੇ ਟਿੱਬੇ ਹੀ ਨਜ਼ਰ ਆਉਂਦੇ ਆ। ਨਾਜ਼ਰੀਨ, ਨੇ ਕੋਈ ਸਰਕਾਰੀ ਇਮਾਰਤ ਨਜ਼ਰ ਆ ਰਹੀ ਆ? ਕਿੰਨੀ ਖੂਬ। ਜੀ ਨਾਜ਼ਰੀਨ, ਫੈਸਲਾਬਾਦ ਦੇ ਚੱਕ 36 ਤੋਂ 2 ਵਜੇ ਚੱਲਣ ਵਾਲੇ ਮੁਸਾਫਿਰ, ਕਿਉਂਕਿ ਦੁਪਹਿਰ ਦਾ ਟਾਈਮ ਆ, ਮੌਸਮ ਵੀ ਗਰਮੀ ਦਾ ਅਤੇ ਕਾਫੀ ਵਕਤ ਹੋ ਚੁੱਕਿਆ ਸਫ਼ਰ ਸ਼ੁਰੂ ਕੀਤਿਆਂ ਹੋਇਆ, ਪਾਣੀ ਪੀਣ ਵਾਸਤੇ, ਜੂਸ ਪੀਣ ਵਾਸਤੇ ਥੋੜ੍ਹੀ ਦੇਰ ਵਾਸਤੇ ਰੁਕ ਗਏ ਨੇ, ਸਟੇਅ ਕੀਤਾ।